ਤੁਸੀਂ ਮੈਨੂੰ ਆਪਣੀ ਇਮਾਨ ਨਾਲ ਦੱਸੋ ਭਾਰਤੀ ਜਰਨਲ ਦਾ ਕੋਈ ਜਵਾਬ ਇਹਨਾਂ ਵਿੱਚੋਂ ਕੋਈ ਦੇ ਸਕਦਾ ਜਿਹਨਾਂ ਨੂੰ ਕੋਲੋ ਵੱਲੋਂ ਪੜ੍ਹਨੀ ਨਹੀਂ ਆਉਂਦੀ ਤੇ ਜਿਹੜੇ ਕਹਿੰਦੇ ਨੇ ਭਗਵਾਨ ਤੇ ਰੱਬ ਇੱਕ ਹੀ ਹੈ ਤੇ ਇਹ ਤਾਂ ਕਹਿਣਗੇ ਭਾ ਆ ਇਹ ਕਹਿੰਦਾ ਸੀ ਨਾ ਤੁਹਾਡਾ ਲੀਡਰ ਕਿ ਜਨਾਬ ਇਹ ਆਰਜ਼ੀ ਜਿਹੀ ਲਕੀਰ ਹੈ ਸਾਡੀ ਸਕਾਫਤ ਵੀ ਇੱਕ ਹੈ ਸਾਡੀ ਬੋਲੀ ਵੀ ਇੱਕ ਹੈ ਸਾਡੀ ਫਲਾਣੀ ਸ਼ਹਿ ਵੀ ਇੱਕ ਹੈ ਤੇ ਭਗਵਾਨ ਤੇ ਰੱਬ ਇੱਕ ਹੀ ਹੈ ਇਹ ਕਹਿੰਦਾ ਸੀ ਨਾ ਇਹ ਇਹਨੇ ਕਰਨਾ ਹੈ ਇਹਨੇ ਇੰਡੀਆ ਨੂੰ ਜਵਾਬ ਦੇਣਾ ਤੇ ਜ਼ਰਦਾਰੀ ਦੇ ਪੁੱਤਰ ਨੇ ਜਿਹੜਾ ਜਨਾਬ ਜਿਹੜਾ ਮੂਰਤੀਆਂ ਤੇ ਦੁੱਧ ਚੜਦਾ ਰਿਹਾ ਜਿਹੜਾ ਕਹਿੰਦਾ ਮੇਰੀ ਜ਼ਿੰਦਗੀ ਦੀ ਤਮੰਨਾ ਹੈ ਕਿ ਕਾਫਰ ਇੱਥੇ ਸਦਰ ਬਣੇ ਤੇ ਵਜ਼ੀਰ-ਏ-ਆਜ਼ਮ ਬਣੇ ਇਹਨਾਂ ਭਾਰਤੀ ਜਰਨਲ ਨੂੰ ਜਵਾਬ ਦੇਣਾ ਹੈ ਨਾ ਨਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਭਾਰਤੀ ਜਰਨਲ ਨੂੰ ਜਵਾਬ ਦੇਣ ਵਾਲਾ ਜਿਹੜੇ ਸਕਾਫਤੀ ਤਾਇਫੇ ਕੁੜੀਆਂ ਨੱਚਣ ਵਾਲੀਆਂ ਇੱਥੇ ਤੇ ਇੱਥੋਂ ਦੀਆਂ ਉੱਥੇ ਤੇ ਜਿਹੜੇ ਬੱਲੇ ਇੱਥੇ ਵਾਲੇ ਤੇ ਬੱਲੇ ਵਾਲੇ ਉੱਥੇ ਬੱਲਿਆਂ ਨਾਲ ਬੱਲੇ ਵਾਲੇ ਜਵਾਬ ਨਹੀਂ ਦੇ ਸਕਦੇ ਇਹ ਕਿਆਮਤ ਤੱਕ ਭਾਰਤੀ ਜਰਨਲ ਨੂੰ ਕੋਈ ਜਵਾਬ ਦੇ ਸਕਦਾ ਤੇ ਮੁਹੰਮਦ ਅਰਬੀ ਦਾ ਗੁਲਾਮ ਦੇ ਸਕਦਾ ਜਾਉਂ ਜੀ ਭਾਰਤੀ ਜਰਨਲ ਵੀ ਨਾ ਜਵਾਬ ਦੇਣ ਜਿਹੜੇ ਕਦ ਆਪਣੇ ਹਥਿਆਰਾਂ ਦਾ ਨਾਂ ਹੀ ਨਹੀਂ ਲਿਆ ਇਹ ਮੌਲੀ ਖਾਦਮ ਦੇ ਸਕਦਾ मैं भारतीय जनरल ये गल करना चाहता मैं कहो हिंदू और गां का मूत्र पीण आया तू की कहना पाकिस्तान से हमला करना है पुत्र आ ना हमला करने दे पुत्रा साढ़े को एटम बम भी है शाहीन मिजाइल भी है गौरी भी है खतफ नौवन साढ़े को अबाबील भी है खालिद टैंक भी है दरार टैंक भी है ते दुनिया की बेहतरीन फौज भी है ते इत्थे लबैक वाले भी है ये भी गल याद है मोदी दसे पुत्र तू कहना वेदर आना हाँ हिंदू 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 गां का मूत्र पीने वाला तू हिंदवाणिया तू जानता है जनरल जरा तू बयान दिता है कि मैं पाकिस्तान से हमला करना है तू जिन्हें हिंदवाणिया के नसले चो है ना जानता है वह कौन सन मामूद गजनवी के घोड़े दापा उन्होंने अमल डह पाते सन तू साढ़े नाल गल्ला करना कि जनाब जी मैं इतने हमला करना तू आ तो सही ना एक बारी हाँ ये असं कहे फौज में थोड़ा जहा सू लबैक वालों अगे जा दो हाँ जी जे मैं एक बार मैं इतने सामने जाने देन बार्डर से मैं लबैक दो उ मुंडे जाके नारा ला जे सारे हिंदू नसे ना तो गल कर देना।